ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਰਪ੍ਰਿੰਦਰ ਕੌਰ ਪਹਿਲਾ ਪੇਜ ਨੇ ਚੁਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਤੀ ਲਈ ਅਫਗਾਨੀ ਵਫਰ ਨੂੰ ਮਦਦ ਦਾ ਪ੍ਰੋਸਾ ਦਿੱਤਾ ਰਾਮ ਵਿਲਾਸ ਪਾਸਵਾਂ ਦੀ ਮ੍ਰਿਤਕ ਦੇ ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਜਨਪਥ ਰਿਹائش ਵਿਖੇ ਰੱਖੀ ਗਈ ਉਹਨਾਂ ਦਾ ਅੰਤਿਮ ਸੰਸਕਾਰ ਪਲਕੇ ਪਟਨਾ ਵਿਖੇ ਕੀਤਾ ਜਾਪੇਗਾ राष्ट्रपति प्रधानमंत्री ਅਤੇ ਹੂੜਨਾ ਕੌਮੀ ਨੇ ਤਾਮਮਲੋ ਡਰਾਮ ਬਿਲਾਸਪਾਸਵੰਦੀ ਦੇ ਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਨਵੀਂ ਖੇਤੀਬਾੜੀ ਸੁਧਾਰਨ ਹਲ ਕਿਸਾਨਾਂ ਦਾ ਜੀਵਨ ਬਧੇਰੇ ਸੁਖਾਲਾ ਹੋਵੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਕਾਨੂੰਨਾਂ ਸੰਬੰਧੀ ਅਕਾਲੀ ਦਲ ਵੱਲੋਂ ਮਿਲੀ ਪੁਗਤ ਦੇ ਇਲਜ਼ਾਮਾਂ ਨੂੰ ਸਿਰਿਉਂ ਰੱਦ ਕੀਤਾ कोविड उन्नीस के कुल केसां गति एक लख इकी हजार सात सौ सोलह हुई एक लख सत हजार दो सौ मरीज सेहत हुए ते हुन ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਚ ਸ਼ਾਂਤੀ ਦੀ ਸਥਾਪਨਾ ਲਈ ਅਫਗਾਨ ਨੇਤਾ ਅਬਦੁੱਲਾ ਅਬਦੁੱਲਾ ਨੂੰ ਮਦਦ ਦਾ ਭਰੋਸਾ ਦਿੱਤਾ ਅਬਦੁੱਲਾ ਬਲੂ ਅਫਗਾਨੀ ਬਫਦ ਸਮੀਤ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ ਪ੍ਰਧਾਨ ਮੰਤਰੀ ਨੇ ਮੀਟਿੰਗ ਮਗਰੋਂ ਟਵੀਟ ਕਰਦੇ ਹ ਕਿ ਅਫਗਾਨੀ ਨੇਤਾ ਅਬਦੁੱਲਾ ਨਾਲ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਸਮੇਤ ਕਈ ਖੇਤਰੀ ਮੁੱਦਿਆਂ ਤੇ ਉਸਾਰੂ ਚਰਚਾ ਕੀਤੀ ਗਈ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਭਾਰਤ ਅਤੇ ਅਫਗਾਨਿਸਤਾਨ ਦੀ ਮਿੱਤਰਤਾ ਨੂੰ ਮਜ਼ਬੂਤ ਬਣਾਉਣ ਵਾਲੇ ਵੱਖ-ਵੱਖ ਪਹਿਲੂਆਂ ਤੇ ਵੀ ਕੇਂਦ੍ਰਿਤ ਰਹੀ ਮੋਦੀ ਕਿ ਕਿ ਭਾਰਤ ਆਪਣੇ ਅਫਗਾਨੀ ਪੈੜਣਾ ਤੇ ਪਰਾਵਨ ਦੀ ਸ਼ਾਂਤੀ ਦੀ ਸਥਾਪਤੀ ਲਈ ਮਦਦ ਕਰਨ ਲਈ ਵਚਨਬੱਧ ਹੈ ਮੀਟਿੰਗ ਮਗਰੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇਸ ਦੀ ਪੁਸ਼ਟੀ ਕਰਦੇ ਕਿ ਦੋਹਾਂ ਮੁਲਕਾਂ ਨੇ ਆਪਣੇ ਇਤਿਹਾਸਿਕ ਸਬੰਧਾਂ ਨੂੰ ਅੱਗੇ ਵਧਾਉਂਦੇ ਆ ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਤੀ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਅੱਗੇ ਵਧਾਉਣ ਲਈ ਗੱਲਬਾਤ ਕੀਤੀ ਅਤੇ ਭਾਰਤ ਨੇ ਇਸ ਪ੍ਰਕਿਰਿਆ 'ਚ ਹੋਰ ਸਹਿਯੋਗ ਦੀ ਵਚਨਬੱਧਤਾ ਨੂੰ ਦੁਹਰਾਇਆ ਉਨਾ ਕਿ ਅਫਗਾਨੀ ਨੇਤਾ ਅਬਦੁੱਲਾ ਬੱਲੂ ਅਫਗਾਨਿਸਤਾਨ ਚ ਭਾਰਤ ਦੇ ਕੋਈ 3 ਬਿਲੀਅਨ ਡਾਲਰ ਦੇ ਪ੍ਰੋਜੈਕਟਾਂ ਤੇ ਖੁਸ਼ੀ ਜ਼ਾਹਰ ਕਰਦੇ ਆ ਭਾਰਤ ਦਾ ਧੰਨਵਾਦ ਕੀਤਾ ਗਿਆ ਅਬਦੁੱਲਾ ਬੱਲੂ ਬੀਤੇ ਦਿਨੀ ਬਫਤ ਉਮੀਦ ਕੌਮੀ ਸੁਰੱਖਿਆ ਅਸਲਾ ਕਰਜੀ ਦੁਵਾਲ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਮੌਜੂਦਾ ਸਮੇਂ ਦੋਹਾਂ ਚ ਅਫਗਾਨ ਸਰਕਾਰ ਤੇ ਤਾਲਿਬਾਨ ਵਿਚਾਲੇ ਸ਼ਾਂਤੀ ਦੀ ਸਥਾਪਤੀ ਲਈ ਗੱਲਬਾਤ ਚੱਲ ਰਹੀ ਹੈ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵੰਧਾ ਪੀਤੀ ਰਾਤੇਹਾਂਤ ਹੋ ਗਏ ਉਹਨਾਂ ਦਾ ਅੰਤਿਮ ਸੰਸਕਾਰ ਪਲਕੇ ਪਟਨਾ ਵਿਖੇ ਕੀਤਾ ਜਾਪੇਗਾ ਗ੍ਰਹਿ ਮੰਤਰਾਲੇ ਅਨੁਸਾਰ ਸੂਗ ਬਜੂ ਅਜ ਕੌਮੀ ਰਾਜਧਾਨੀ ਦਿੱਲੀ ਅਤੇ ਸਾਰੀਆਂ ਸੂਬਾਈ ਰਾਜਧਾਨੀਆਂ 'ਚ ਤਿਰੰਗਾ ਅੱਡਾ ਝੁਕਿਆ ਰਹੇਗਾ ਪਾਸਵਾਨ ਦੀ ਮ੍ਰਿਤਕ ਦੇ ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਨਵੀਂ ਦਿੱਲੀ ਵਿੱਚਲੀ ਜਨਪਥ ਰਿਹਾਇਸ਼ ਵਿਖੇ ਰੱਖੀ ਗਈ ਹੈ ਜਿੱਥੋਂ ਬਾਅਦ ਵਿੱਚ ਉਹਨਾਂ ਦੀ ਮ੍ਰਿਤਕ ਦੇ ਨੂੰ ਪਟਨਾ ਲਈ ਰਵਾਨਾ ਕੀਤਾ ਜਾਵੇਗਾ 74 ਵਰਿਆਂ ਦੇ ਪਾਸਵਾਨ ਦਾ ਹਾਲ ਹੀ ਚ ਦਿਲ ਦਾ ਆਪਰੇਸ਼ਨ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਖਰਾਬ ਚੱਲ ਰਹੀ ਸੀ ਬੀਤੀ ਰਾਤ ਉਹਨਾਂ ਦੇ ਪੁੱਤਰ ਚਿਰਾਗ ਪਾਸਵਾਨ ਨੇ ਟਵੀਟ ਰਾਹੀਂ ਉਹਨਾਂ ਦੇ ਦਿਹਾਂਤੀ ਜਾਣਕਾਰੀ ਦਿੱਤੀ ਸੀ ਲੋਕ ਜਨ ਸ਼ਕਤੀ ਪਾਰਟੀ ਦੇ ਮੋਦੀ ਪਾਸਵਾਨ 8 ਵਾਰ ਲੋਕ ਸਭਾ ਲਈ ਮੈਂਬਰ ਚੁਣੇ ਗਏ ਅਤੇ ਮੌਜੂਦਾ ਸਮੇਂ ਉਹ ਹਾਜ਼ੀਪੁਰ ਹਲਕੇ ਤੋਂ ਸੰਸਦ ਮੈਂਬਰ ਰਮਵिलास पासवान ਵਕਫ ਵਕ ਸਮੇਧੀ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਰਹੇ ਖਾਸ ਤੌਰ ਤੇ ਬਿਹਾਰ ਦੀ ਰਾਜਨੀਤੀ ਚ ਉਹਨਾਂ ਦੀ ਵਿਸ਼ੇਸ਼ ਥਾਂ ਸੀ ਹਾਲੀਜੀ ਉਹਨਾਂ ਦੀ ਪਾਰਟੀ ਨੇ ਬਿਹਾਰ ਚੋਣਾ ਵੱਖਰੇਆਂ ਲੜਨ ਦਾ ਐਲਾਨ ਕੀਤਾ ਸੀ ਜਦਕੀ ਪਾਰਟੀ ਨੇ ਕੇਂਦਰ ਚ ਬੀਜੇਪੀ ਨਾਲ ਆਪਣੀ ਪਾਈਪਲੀ ਕਾਇਮ ਰੱਖਣ ਦੀ ਗੱਲ ਆਖੀ ਸੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਕਵ ਕੇਂਦਰੀ ਮੰਤਰੀਆਂ ਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਰਾਮਵिलास पासवान ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਰਾਸ਼ਟਰਪਤੀ ਨੇ ਆਪਣੇ ਸੋਗ ਸੁਨੇਹ ਚਪਾਸਵਾਨ ਨੂੰ ਯਾਦ ਕਰਦੇ ਹ ਕਿ ਉਹ ਦਬੇ ਕੁਚਲਿਆਂ ਦੀ ਆਵਾਜ਼ ਬੁਲੰਦ ਕਰਦੇ ਸਨ ਤੇ ਪਛੜਿਆਂ ਦੇ ਮੁੱਦਿਆਂ ਨੂੰ ਉਭਾਰਦੇ ਸਨ राष्ट्रपति ने कहा कि पासवान लोकन ਦੇ ਨੇਤਾ ਸਨ ਜਿਨ੍ਹਾਂ ਨੇ ਨਿਰਸਵਾਰਥ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਪ੍ਰਧਾਨ ਮੰਤਰੀ ਨੇ ਆਪਣੇ ਸੋਗ ਸੁਨੇਹੇ ਚ ਕਿਹਾ ਕਿ पासवान ਦੇ ਦੇਹਾਂਤ ਨਾਲ ਉਨ੍ਹਾਂ ਨੂੰ ਨਿੱਜੀ ਤੌਰ ਤੇ ਘਾਟਾ ਪਿਆ ਉਨ੍ਹਾਂ ਕਿਹਾ ਕਿ पासवान ਦੇ ਜਾਣ ਨਾਲ ਹੋਏ ਨੁਕਸਾਨ ਦੀ ਪੂਰਤੀ ਕਦੇ ਨਹੀਂ ਹੋ ਸਕਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਵਲ ਆਪਣਾ ਦੋਸਤ ਹੀ ਨਹੀਂ ਗਵਾਇਆ ਬਲਕਿ ਇੱਕ ਮੁੱਲਵਾਨ ਸਾਥੀ ਗਵਾਇਆ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਨਵੀਂ ਖੇਤੀ ਬੜੀ ਸੁਧਾਰਨ ਹਲ ਕਿਸਾਨਾਂ ਦਾ ਜੀਵਨ ਵਧੇਰੇ ਸੁਖਾਲਾ ਹੋਵੇਗਾ ਜੰਮੂ ਕਸ਼ਮੀਰ ਦੇ ਕਿਸਾਨਾਂ ਸਰਪੰਚਾਂ ਪੰਚਾਂ ਤੇ ਸਥਾਨਕ ਕਾਰਕੁਨਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲ ਕਰਦੇ ਹਾਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸੁਧਾਰ ਦੂਰ ਦੁਰਾਡੇ ਪਛੜੇ ਅਤੇ ਪਹਾੜੀ ਖੇਤਰਾਂ ਦੇ ਕਿਸਾਨਾਂ ਲਈ ਵਿਸ਼ੇਸ਼ ਤੌਰ ਤੇ ਲਾਹੇਵੰਦ ਹੋਣਗੇ ਜੋਤੇਂਦਰ ਸਿੰਘ ਨੇ ਕਿਹਾ ਕਿ ਨਵੀਂ ਖੇਤੀਬੜੀ ਕਾਨੂੰਨ ਫਾਰਮਿੰਗ ਸੈਕਟਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਸਾਬਤ ਹੋਣਗੇ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸਾਨਾਂ ਦੀ ਸ਼ਿਕਾਇਤ ਹੁੰਦੀ ਸੀ ਕਿ ਬਾੜੀ ਤੋਂ ਬਾਅਦ ਉਹਨਾਂ ਨੂੰ ਆਪਣੀ ਜਣਸ ਕੁਝ ਸਮੇਂ ਲਈ ਪੰਡਾਰ ਕਰਕੇ ਰੱਖਣੀ ਪੈਂਦੀ ਸੀ ਅਤੇ ਉਸ ਨੂੰ ਬਾਜ਼ਾਰ ਤੱਕ ਲਿਜਾਣ ਲਈ ਕਿਸੇ ਵਿਚੋਲਗੀ ਦੀ ਲੋੜ ਹੁੰਦੀ ਸੀ ਉਨ੍ਹਾਂ ਕਿਹਾ ਕਿ ਨਵੀਂ ਸੁਧਾਰ ਕਿਸਾਨਾਂ ਦੀਆਂ ਅਜਈਆਂ ਮੁਸ਼ਕਲਾਂ ਦਾ ਇੱਕ ਮੁਕੰਮਲ ਹੱਲ ਨੇ ਜੋਤੇਂਦਰ ਸਿੰਘ ਨੇ ਕਿਹਾ ਕਿ ਖੇਤੀਬੜੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਇਸ ਉਹਨਾਂ ਨੇ APMC ਕੇਂਦਰਾਂ ਤੇ ਮੰਡੀਆਂ ਨੂੰ ਬੰਦ ਕਰਨ ਦੀ ਅਫਵਾਹ ਫੈਲਾਈਏ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ ਅਜੇ ਕੇਂਦਰ ਅਤੇ ਮੰਡੀਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੰਗ ਦੇ ਆਧਾਰ ਤੇ ਵੱਖ-ਵੱਖ ਇਲਾਕਿਆਂ 'ਚ ਨਵੀਆਂ ਮੰਡੀਆਂ ਤੇ ਕੇਂਦਰ ਸਥਾਪਿਤ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬੜੀ ਕਾਨੂੰਨ ਹਸਬੰਦੀ ਅਕਾਲੀ ਦਲ ਵੱਲੋਂ ਲਗਾਏ ਗਏ ਮਿਲੀ ਪੁਗਤ ਦੇ ਇਲਜ਼ਾਮ ਨੂੰ ਸ੍ਰੀ ਰੱਦ ਕੀਤਾ ਹੈ ਚੰਡੀਗੜ੍ਹ ਤੋਂ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜਾਣਬੁੱਝ ਕੇ ਇਸ ਮੁੱਦੇ ਤੇ ਸੂਬਾ ਸਰਕਾਰ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਅਸਲ ਚ ਅਕਾਲੀ ਦਲ ਦੇ ਲੀਡਰ ਕੇਂਦਰ ਸਰਕਾਰ ਨੂੰ ਮਨਾਉਣ 'ਚ ਅਸਫਲ ਰਹੇ ਨੇ ਮੁੱਖ ਮੰਤਰੀ ਨੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਜਲਾ ਸਦਕੇ ਖੇਤੀ ਕਾਨੂੰਨ ਹਸਬੰਦੀ ਮਤਾ ਪਾਸ ਕਰਨ 'ਚ ਦੇਰੀ ਸਬੰਧੀ ਲਗਾਏ ਗਏ ਇਲਜ਼ਾਮ ਨੂੰ ਬੇਬੁਨਿਆਦ ਘਰਾੜ ਦਿੱਤਾ ਹੈ ਉਨ੍ਹਾਂ ਕਿਹਾ ਕਿ ਪ ਜਿਲ੍ਹਾਸ ਤੋਂ ਪਹਿਲਾਂ ਖੇਤੀਬੜੀ ਕਾਨੂੰਨਾਂ ਦੇ ਸਾਰੇ ਨੁਕਤਿਆਂ ਨੂੰ ਨੇੜਿਓਂ ਘੋਖਣਾ ਚਾਹੁੰਦੀ ਹੈ ਮੁੱਖ ਮੰਤਰੀ ਨੇ ਅਕਾਲੀ ਦਲ ਤੇ ਜਵਾਬੀ ਹਮਲਾ ਕਰਦੇ ਆ ਕਿ ਇਹ ਕਿ ਉਹ ਪਹਿਲਾਂ ਇਨ੍ਹਾਂ ਕਾਨੂੰਨਾਂ ਦੇ ਹੱਕ ਵਿੱਚ ਬੋਲ ਰਹੇ ਸਨ ਤੇ ਹੁਣ ਇਨ੍ਹਾਂ ਦੇ ਵਿਰੋਧ ਵਿੱਚ ਬੋਲ ਰਹੇ ਨੇ ਤੇ ਇਲਜ਼ਾਮ ਪੰਜਾਬ ਸਰਕਾਰ ਦੇ ਸਿਰ ਮੜਿਆ ਜਾ ਰਿਹਾ ਹੈ ਭਾਰਤ ਤੇ ਅਮਰੀਕਾ ਵਿਚਾਲੇ 2 ਜਮਾ 2 ਦੀ ਗੱਲਬਾਤ 26 ਤੇ 27 ਅਕਤੂਬਰ ਨੂੰ ਨਵੀਂ ਦਿੱਲੀ 'ਚ ਹੋਣ ਦੀ ਸੰਭਾਵਨਾ ਇਸ ਗੱਲਬਾਤ ਭਾਗ ਲੈਣ ਲਈ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਤੇ ਰੱਖਿਆ ਮੰਤਰੀ ਮਾਕ ਐਸਪਰ ਭਾਰਤ ਆਉਣਗੇ ਭਾਰਤ ਵੱਲੋਂ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਡਾਇਲੌਗ 'ਚ ਸ਼ਾਮਿਲ ਹੋਣਗੇ ਦੋਹਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਇਸ ਗੱਲਬਾਤ ਦੇ ਵਿਸ਼ੇ ਰਣਨੀਤਿਕ ਸਹਿਯੋਗ ਤੇ ਵਿਕਾਸ ਦੇ ਕਈ ਹੋਰ ਨਾ ਪਹਿਲੂਆਂ ਤੇ ਕੇਂਦ੍ਰਿਤ ਰਹਿਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਇਸ ਦੋ ਦਿਨਾਂ ਗੱਲਬਾਤ ਸੈਸ਼ਨ ਦੌਰਾਨ ਦੋਵੇਂ ਦੇਸ਼ਾਂ ਦੇ ਨੁਮਾਇੰਦੇ ਮ ਮੀਕਾ ਵੀ ਕਰਨਗੇ ਇਸ ਡਾਇਲਗ ਦੌਰਾਨ ਇੰਡੋ ਪ੍ਰਸ਼ਾਂਤ ਖੇਤਰ ਵਿਜਲੀ ਸਿੱਤੀ ਤੇ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਇਸ ਪ੍ਰਕਿਰਿਆ ਨੂੰ ਪ੍ਰਵਾਨਗੀ ਦੇਣ ਮਗਰੋਂ 2+2 ਦੀ ਪਹਿਲੀ ਗੱਲਬਾਤ 2018 ਵਿੱਚ ਨਵੀਂ ਦਿੱਲੀ ਵਿਖੇ ਹੋਈ ਸੀ ਜਦ ਕਿ ਦੂਜੇ ਸੈਸ਼ਨ ਦਾ ਡਾਇਲਗ 2020 ਸਾਲ ਵਾਸ਼ਿੰਗਟਨ ਚਰਵਾਇਆ ਗਿਆ ਸੀ ਵਿਸ਼ਵ ਬੈਂਕ ਨੇ ਚਾਲੂ ਮਾਲੀ ਵਰੇ ਦੌਰਾਨ ਭਾਰਤ ਦੀ ਜੀਡੀਪੀ 9.6 ਫੀਸਦ ਤੱਕ ਡਿੱਗਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ ਵਿਸ਼ਵ ਬੈਂਕ ਨੇ ਕਿਹਾ ਕਿ ਇਸ ਸਾਲ ਕੋਵਿਡ-19 ਮਹਾਮਾਰੀ ਤੇ ਇਸ ਦੀ ਰੋਕਥਾਮ ਲਈ ਕੀਤੇ ਗਏ ਲਾਕਡਾਊਨ ਕਾਰਨ ਭਾਰਤ ਦੇ ਕੁੱਲ ਘਰੇਲੂ ਉਤਪਾਦ ਵਿੱਚ ਇੱਕ ਗਿਰਾਵਟ ਆ ਸਕਦੀ ਹੈ ਬੈਂਕ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਰੋਨਾ ਵਾਇਰਸ ਮਹਾਮਾਰੀ ਕਾਰਨ ਕਾਰੋਬਾਰੀ ਕੰਪਨੀਆਂ ਤੇ ਲੋਕਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਿਹਾ ਕਿ ਭਾਰਤ ਦੀ ਆਰਥਿਕ ਸਥਿਤੀ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਮਾੜੀ ਨਹੀਂ ਹੋਈ ਵਿਸ਼ਵ ਬੈਂਕ ਨੇ ਕਿਹਾ ਕਿ ਉੱਪਰ ਰੇ ਅਰਥ ਇਸ ਲਈ ਕੋਵਿਡ ਮਹਾਮਾਰੀ ਨੇ ਬਲਦੀ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ ਬ੍ਰਿਕਸ ਦੇਸ਼ਾਂ ਦੀ ਨਿਊ ਡਿਵੈਲਪਮੈਂਟ ਬੈਂਕ ਵੱਲੋਂ ਦਿੱਲੀ, ਮੇਰਟ ਰੈਪਿਡ ਰੇਲ ਅਤੇ ਮੁੰਬਈ ਮੈਟਰੋ ਲਈ 741 ਮਿਲੀਅਨ ਡਾਲਰ ਦੇ ਫੰਡਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਬੈਂਕ ਵੱਲੋਂ ਜਾਰੀ ਬਿਆਨ ਮੁਤਾਬਕ ਬੈਂਕ ਦੇ ਬੋਰਡ ਆਫ ਡਾਇਰੈਕਟਰਸ ਵੱਲੋਂ ਦਿੱਲੀ ਗਾਜ਼ੀਆਬਾਦ ਮੇਰਟ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਲਈ 500 ਮਿਲੀਅਨ ਡਾਲਰ ਦਾ ਕਰਜ਼ ਮਨਜ਼ੂਰ ਕੀਤਾ ਗਿਆ ਜਦਕਿ ਮੁੰਬਈ ਮੈਟਰੋ ਰੇਲ ਦੇ 6 ਮਾਰਗੀ ਪ੍ਰੋਜੈਕਟ ਲਈ 241 ਮਿਲੀਅਨ ਡਾਲਰ ਦੀ ਰਕਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਦਿੱਲੀ ਮੇਰਟ ਰੈਪਿਡ ਰੇਲ ਲਿੰਕ ਨੂੰ ਆਧੁਨਿਕ ਅਤੇ ਵਧੀਰੀ ਸਮਰੱਥ ਬਣਾਏ ਜਾਣ ਲਈ ਰਾਸ਼ੀ ਖਰਚ ਕੀਤੀ ਜਾਵੇਗੀ ਇਸ ਰੇਲ ਲਿੰਕ ਦੇ ਚਾਲੂ ਹੋਣ ਨਾਲ ਦਿੱਲੀ ਤੋਂ ਮੇਰਟ ਤੱਕ ਦਾ ਸਫ਼ਰ 1 ਘੰਟੇ ਵਿੱਚ ਸੰਭਵ ਹੋ ਸਕੇਗਾ ਮਾਹਰਾਂ ਮੁਤਾਬਕ ਇਸ ਰੂਟ ਨੂੰ 180 ਕਿਲੋਮੀਟਰ فی ਘੰਟੇ ਦੀ ਰਫ਼ਤਾਰ ਦੇ ਮਾਪਦੰਡਾ ਮੁਤਾਬਕ ਡਿਜ਼ਾਈਨ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮੁੰਬਈ ਮੈਟਰੋ ਦੇ ਤਕਰੀਬਨ 14.5 ਕਿਲੋਮੀਟਰ ਦੇ ਰੂਟ ਨੂੰ ਛੇ ਮਾਰਗੀ ਬਣਾਇਆ ਜਾਵੇਗਾ ਇਸ ਪ੍ਰੋਜੈਕਟ ਨੂੰ ਮੁੰਬਈ ਮੈਟਰੋ ਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ ਵੱਲੋਂ ਨਿਪਟਾਇਆ ਆੜਿਆ ਚਾਪੀਗਾ ਬਿਹਾਰ ਚ ਪਹਿਲੀ ਗੇੜ ਦੀਆਂ ਵਿਧਾਨ ਸਭਾ ਚੋਣਾਂ ਲਈ ਕੱਲ ਸੂਬੇ ਦੀਆਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਖਰੀ ਦਿਨ ਪਰਚੇ ਪਰੇਗੇ ਧਾਕਿਲ ਕੀਤੇ ਗੇ ਪਰਚਿਆਂ ਦੀ ਅੱਜ ਜਾਂਚ ਕੀਤੀ ਜਾਪੇਗੀ ਪਹਿਲੇ ਗੇੜ ਤੇ 71 ਸੀਟਾਂ ਤੇ ਚੋਣਾ ਕਰਵਾਈਆਂ ਜਾ ਰਹੀਆਂ ਨੇ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਮੁਤਾਬਕ ਉਮੀਦਵਾਰ 12 ਅਕਤੂਬਰ ਤੱਕ ਪਰਚੇ ਵਾਪਸ ਲੈ ਸਕਦੇ ਨੇ ਪਹਿਲੇ ਗੇੜ ਤੇ ਤਾਂ ਜਨਤਾਦਲ ਯੂनाइटेड ਦੇ 41 ਉਮੀਦਵਾਰਾਂ ਨੇ ਪਰਚੇ ਪਰੇ ਭਾਜਪਾ ਦੇ ਉਨਤੀ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਇੱਕ ਉਮੀਦਵਾਰ ਬੱਲੂਮੀ ਪਰਚੇ ਦਾਖਲ ਕੀਤੇ ਗਏ ਦੂਜੇ ਪਾਸੇ ਮਹਾਗਠ ਜੋੜ ਵਿੱਚ ਆਰਜीडी 42 ਅਤੇ ਉਸਦੇ ਸਹਿਯੋਗੀ ਕਾਂਗਰਸ ਅਤੇ ਸੀਪੀਆਈ ਐਮਐਲ 29 ਸੀਟਾਂ ਤੇ ਚੋਣ ਲੜ ਰਹੇ ਨੇ ਅਮਰੀਕੀ ਲੇਖਿਕਾ ਲੂਈਸ ਗਲਕ ਨੂੰ ਇਸ ਬਰੇਦ ਦੇ ਸਾਹਿਤ ਖੇਤਰ ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ ਲੂਈਸ ਇਸ ਸਮੇਂ ਯੇਲ ਯੂਨੀਵਰਸਿਟੀ ਚ ਪ੍ਰੋਫੈਸਰ ਵਜੋਂ ਸੇਵਾਵਾਂ ਮਨੇ ਬਾਰੇ ਨੇ ਸਾਲ 1988 وچ ਉਹਨੇ ਫਰਸਟ ਬੋਰਨ ਨਾਂ ਦੀ ਕਿਤਾਬ ਲਿਖੀ ਲੂਈਸ ਸਮਕਾਲੀ ਅਮਰੀਕੀ ਸਾਹਿਦਯੁਗੀ ਕਵਿਤਰੀ ਅਤੇ ਲੇਖਿਕਾ ਵਜੋਂ ਜਾਣੇ ਜਾਂਦੇ ਨੇ ਇਸ ਬਰੇਦਨ ਨੋਬਲ ਪੁਰਸਕਾਰ ਉਹਨਾਂ ਨੂੰ ਆਪਣੀ ਪੁਸਤਕ ਕੈਂਡੀਡਟ ਐਂਡ ਅਨਕੰਪਰੋਮਾਈਜ਼ਿੰਗਲੀ ਦਿੱਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੋਇਆ ਨਮਸਕਾਰ